ਇਸ ਪਿੰਡ ਦੇ ਵਿੱਚ ਰਾਤ ਸੁੱਤੇ ਪਏ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ। ਸਵੇਰੇ ਉੱਠ ਕੇ ਜਦੋਂ ਲੋਕਾਂ ਨੇ ਦੇਖਿਆ ਤਾਂ ਉਹ ਵੀ ਹੈਰਾਨ ਰਹਿ ਗਏ। ਦਰਅਸਲ ਇੱਥੇ ਇੱਕ ਨਹਿਰ ਦੇ ਵਿੱਚ 80 ਫੁੱਟ ਦੇ ਕਰੀਬ ਪਾੜ ਪੈ ਚੁੱਕਿਆ ਹੈ, ਜਿਸ ਕਰਕੇ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਤਾਂ ਪਾਣੀ ਭਰ ਹੀ ਗਿਆ ਹੈ, ਫਸਲਾਂ ਬਰਬਾਦ ਹੋ ਚੁੱਕੀਆਂ ਨੇ। ਪਰ ਇੱਥੇ ਪਿੰਡ ਦੇ ਵਿੱਚ ਕਈ ਘਰਾਂ ਦੇ ਵਿੱਚ ਵੀ ਪਾਣੀ ਦਾਖਲ ਹੋ ਗਿਆ। ਦੇਰ ਰਾਤ ਅਬੋਹਰ ਦੇ ਵਿੱਚ ਮਲੂਕਪੁਰ ਮਾਈਨਰ ਦੇ ਵਿੱਚ 80 ਫੁੱਟ ਦਾ ਪਾੜ ਪੈ ਗਿਆ, ਜਿਸ ਕਰਕੇ ਕਈ ਏਕੜ ਫਸਲਾਂ ਪਾਣੀ 'ਚ ਡੁੱਬ ਗਈਆਂ, ਤਬਾਹ ਹੋ ਗਈਆਂ ਅਤੇ ਉੱਥੇ ਹੀ ਕਈ ਥਾਵਾਂ 'ਤੇ ਲੋਕਾਂ ਦੇ ਘਰਾਂ 'ਚ ਵੀ ਪਾਣੀ ਵੜ ਗਿਆ, ਜਿਸ ਕਰਕੇ ਠੰਡ ਦੇ ਵਿੱਚ ਵੀ ਲੋਕਾਂ ਨੂੰ ਆਪਣੇ ਘਰਾਂ 'ਚੋਂ ਬਾਲਟੀਆਂ ਲੈ ਕੇ ਪਾਣੀ ਬਾਹਰ ਕੱਢਣਾ ਪਿਆ। ਸੰਘਣੇ ਧੁੰਦ, ਕੜਾਕੇ ਦੀ ਠੰਡ ਤੇ ਲੋਕਾਂ ਦੇ ਘਰਾਂ 'ਚ ਵੜਿਆ ਪਾਣੀ, ਜਿਸ ਤੋਂ ਲੋਕ ਡਾਢੇ ਪਰੇਸ਼ਾਨ ਹੋ ਗਏ ਨੇ। ਅਜੇ ਤੱਕ ਇਸ ਪਾੜ ਨੂੰ ਪੂਰਿਆ ਨਹੀਂ ਗਿਆ, ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਨਹੀਂ ਪਹੁੰਚੇ ਨੇ, ਜਿਸ ਕਰਕੇ ਲੋਕਾਂ ਦੇ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਇਸ ਨਹਿਰ ਦੇ ਪਾੜ ਨੂੰ ਪੂਰਿਆ ਜਾਵੇ। ਨਹਿਰ ਦਾ ਪਾਣੀ ਲਗਾਤਾਰ ਖੇਤਾਂ ਦੇ ਵਿੱਚ ਤੇ ਪਿੰਡ ਵੱਲ ਵੜ ਰਿਹਾ ਹੈ, ਲੋਕਾਂ ਦੇ ਘਰਾਂ 'ਚ ਵੜ ਗਿਆ ਹੈ ਅਤੇ ਫਸਲਾਂ ਬਰਬਾਦ ਹੋ ਗਈਆਂ ਨੇ। ਲੋਕਾਂ ਦਾ ਕਹਿਣਾ ਹੈ ਕਿ ਅਬੋਹਰ ਦੇ ਪਿੰਡ ਕੇਕਰ ਖੇੜਾ ਦੇ ਨਜ਼ਦੀਕ ਹੀ ਇਸ ਸੜਕ ਦੇ ਕੋਲ ਨਹਿਰ ਦੇ ਵਿੱਚ ਪਾੜ ਪਿਆ ਹੈ, ਜਿਸ ਨੂੰ ਪੂਰਨਾ ਮੁਸ਼ਕਲ ਹੈ ਤੇ ਇਸ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਏਗੀ। ਇਸੇ ਲਈ ਉਹਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮਦਦ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਜਲਦ ਹੀ ਇਸ ਪਾੜ ਨੂੰ ਨਾ ਪੂਰਿਆ ਗਿਆ ਤਾਂ ਪਿੰਡ ਦੇ ਵਿੱਚ ਵੀ ਤਬਾਹੀ ਮੱਚ ਸਕਦੀ ਹੈ। ਬਹੁਤ ਹੋ ਗਿਆ ਸਾਡੀਆਂ ਫਸਲਾਂ ਦਾ ਤੇ 70-80 ਕਿੱਲਾ ਜਿਹੜਾ ਹੈ ਪਾਣੀ ਫਿਰ ਗਿਆ, ਬਹੁਤ ਲੱਖ ਲੀਟਰ ਦਾ ਪਾਣੀ ਹੋ ਗਿਆ ਤੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਇੱਥੋਂ ਨਜ਼ਰ ਮਾਰੋ, ਜਿਵੇਂ ਧੁੰਦ ਹੈ ਉਵੇਂ ਪਾਣੀ ਹੈ, 5-5 ਫੁੱਟ ਪਾਣੀ ਚੜਾਤਾ ਹੈਗਾ, ਜਾਂ ਘਰਾਂ 'ਚ ਵੜ ਗਿਆ ਸਾਰੇ, ਚੱਲ ਕੇ ਵੇਖੋਗਾ ਮੌਕੇ। ਸਿੰਘ ਹੈ, ਮਲੂਕਪੁਰ ਮਾਈਨਰ ਨਹਿਰ ਟੁੱਟ ਗਈ ਹੈ, 70-80 ਫੁੱਟ ਦਾ ਪਾੜ ਪਿਆ ਜੀ। ਸਾਨੂੰ ਇਹ ਮੰਗ ਹੈ ਸਾਡੀਆਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ, ਪੰਜਾਬ ਸਰਕਾਰ ਸਾਨੂੰ ਮੁਆਵਜ਼ਾ ਦੇ। ਕਣਕ ਸੀ ਜੀ, ਕਣਕ ਸੀ, ਕਈਆਂ ਦੇ ਪੱਠੇ ਸੀ, ਵਿੱਚ ਘਰ ਵੀ ਆ ਗਏ, ਢਾਣੀਆਂ ਵੀ ਆ ਗਈਆਂ, ਵਿੱਚ ਪਾਣੀ ਆ, ਢਾਣੀ ਵਿੱਚ ਪਾਣੀ ਗਿਆ ਜੀ। ਇਹ ਕਰੀਬ 11 ਵਜੇ, ਰਾਤ 11 ਵਜੇ ਟੁੱਟੀ ਹੈ, ਨਹੀਂ ਆਇਆ ਜੀ ਮੌਕੇ। ਮੇਰਾ ਨਾਮ ਹਰਦੀਪ ਸਿੰਘ ਹੈ ਜੀ। ਇਹ ਮਲੂਕਪੁਰਾ ਮਿੰਟਾਂ ਤਕਰੀਬਨ ਰਾਤ 11 ਵਜੇ ਟੁੱਟਿਆ ਜੀ, ਅਤੇ ਢਾਣੀਆਂ ਦੇ ਚਾਰੇ ਪਾਸੇ ਪਾਣੀ ਫਿਰ ਗਿਆ ਜੀ। 70-80 ਕਿੱਲਾ ਕਣਕ ਜੀ, ਵਿੱਚ 3-4 ਫੁੱਟ ਪਾਣੀ ਖੜ੍ਹਾ ਜੀ, ਉਹ ਹੈ ਜੀ 70-80 ਫੁੱਟ ਦਾ ਪਾਣੀ ਜੀ, ਕਈ ਤਾਂ ਕੋਈ ਨਹੀਂ ਜੀ, ਪੰਗਾ ਜੀ ਸਾਨੂੰ ਮਾਲ ਦਿੱਤਾ ਜਾ ਜੀ। ਭਾਅ ਜੀ, ਰਾਤ ਅਸੀਂ ਤਾਂ ਬਸ ਸੁੱਤੇ ਹਾਂ, 8-8:30 ਵਜੇ ਸਾਨੂੰ ਤਾਂ ਕੋਈ ਮੁੰਡਾ ਗਿਆ ਸੀ ਉੱਧਰ, ਅਤੇ ਉਹਨੂੰ ਕੁਦਰਤੀ ਪਤਾ ਲੱਗਿਆ ਵੀ ਕਿਧਰ ਨਹਿਰ ਨੂਰ ਦਾ ਮਾੜੀ ਮੋਟੀ ਆਵਾਜ਼ ਆਈ ਉਹਨੂੰ, ਅਤੇ ਉਸ ਤੋਂ ਬਾਅਦ ਅਸੀਂ ਗਏ ਹਾਂ ਤਾਂ ਅਸੀਂ ਵੇਖਿਆ ਸਾਰੇ ਪਾਸੇ ਪਾਣੀ ਪਾਣੀ ਹੋ ਚੱਲਿਆ। ਉਸ ਤੋਂ ਬਾਅਦ ਅਸੀਂ ਪਹੁੰਚੇ, ਮਤਲਬ ਨਹਿਰ ਦੇ ਦੂਜੀ ਸਾਈਡ 'ਚ ਗਏ ਸੀ ਅਸੀਂ, ਅਤੇ ਉੱਧਰ ਸਾਨੂੰ ਐਂ ਲੱਗਿਆ ਵੀ ਬਸ ਹੁਣ ਮੁਸ਼ਕਲ ਹੈ ਜੀ, ਸਾਰਾ ਬਣਾਉਣਾ ਬਣਾਉਣਾ ਔਖਾ ਹੀ ਹੈ। ਪਾਰ ਜੀ ਰਾਤ ਤਾਂ ਲਗਭਗ 50 ਫੁੱਟ ਦੇ ਲਗਭਗ ਹੈਗਾ ਸੀ ਜੀ, ਅਤੇ ਹੁਣ ਅਸੀਂ ਉਸ ਤੋਂ ਬਾਅਦ ਗਏ ਨਹੀਂ ਉੱਧਰ, ਤਾਂ ਜੀ ਲਗਭਗ 80 ਕਿੱਲੇ ਦਾ ਏਰੀਆ ਨਾ ਸਾਰਾ ਫੁੱਲ ਹੋ ਚੱਲਿਆ, ਅਤੇ ਅੱਗੋਂ ਇੱਧਰੋਂ ਸੜਕ ਤੋਂ ਪਾਰ ਪਾਣੀ ਨਹੀਂ ਜਾ ਰਿਹਾ, ਅਤੇ ਇੱਧਰੋਂ ਕਿੱਕਰ ਖੇੜੇ ਦਾ ਪਾਸੋਂ ਉੱਧਰੋਂ 80 ਸੀਗੀ ਜੀ, ਉਹ ਵੀ ਹੁਣ ਕਿਧਰੇ ਮੇਰੇ ਲੱਗਦਾ ਮਾੜੀ ਮੋਟੀ ਨਿਕਲਣ ਲੱਗਿਆ ਕਿ ਨਹੀਂ ਨਿਕਲਣ ਲੱਗਿਆ ਵੀ ਪਤਾ ਨਹੀਂ ਹੈਗਾ ਜੀ। ਘਰ ਸਾਡੇ ਇੱਥੇ 8-9 ਘਰ ਹੈਗੇ ਜੀ, ਲਗਭਗ ਪਾਣੀ ਗਿਆ ਜੀ।